بسم الله الرحمن الرحيم. يا بني إني أرى في المنام أني أذبحك فانظر ماذا ترى. قال يا أبت افعل ما تؤمر. ستجدني إن شاء الله من الصابرين. فلما أسلم وتله للجبين. وناديناه أن يا إبراهيم قد صدقت الرؤيا إنا كذلك نجزي المحسنين. إن هذا لهو البلاء المبين. وفديناه بذبح عظيم وتركنا عليه في الآخرين سلام على إبراهيم. صدق الله العظيم وبلغنا رسوله النبي الكريم. قال النبي صلى الله تبارك وتعالى عليه وسلم: حسين مني وأنا من الحسين. صدق رسول النبی الکریم. سارے ہوا محبت اور پیار نال بیک سلام پڑھو. صلاۃ والسلام برادرِ محبت و احترام، مجاہد اہل سنت، قاری قرآن جناب قاری بشیر احمد صاحب دامت برکاتہم العالیہ، خطیب جامع مسجد اعظم، عاشق نبی محترم علیہ التحیت والسلام قاری نور زمان صاحب، میرے انتہائی پیار دے اور محبت دے لائق میرے ویر، میرے بھائی جناب قاری محمد عثمان رتوی صاحب، قاری محمد رفیق صاحب، حافظ الطاف حسین صاحب، حافظ فیاض صاحب، دور و نزدیک تو تشریف لے کے آئے میرے ویرو بچو بھائیو تے بزرگو، مورخا 3 ستمبر 2021 اس مسجد پاک وچ جے وقت وچ میں اور آپ حضرات ذکر امام عالی مقام رضی اللہ تعالی عنہ دی محفل وچ موجود ہاں. سارے احباب نے انتہائی ذوق نال، شوق نال، رضا و رغبت نال، یکسوئی نال میریاں چند معروضات عرض کرنگا تے سننیاں تے تسی اچھے طریقے نال سنو گے تے میں خوش ہوں گا. تے وپاری مال اتھے ہی جا کے ویچنا ہے جتھے سودے نہ مل پوے. منڈی اگر ٹھیک ہوئے نہ گجر خان نہیں تے وپاری کسے حال وچ بھی پنڈی نہیں جان لگا، کیونکہ اس نے جنس نہ جڑا مول لے وہ گجر خان لگ سی. تے میں بھی اتھے ہی جا کے سودا ویچنا جتھے اگے وپاری چنگے بیٹھے ہو، گاہ ٹھیک نہ ہو من نہ
ਮੈਨੂੰ ਚੀਜ਼ ਦੇਣ ਦਾ ਮਜ਼ਾ ਹੀ ਨਹੀਂ ਆਉਣਾ, ਕਸਮ ਜਾ ਕੇ ਬਿਆਣਾ। ਅਤੇ ਮੈਂ ਇਸ ਪੂਰੇ ਇਲਾਕੇ 'ਚ ਆਉਣਾ ਰਿਹਾ, ਅੱਜ ਇੱਥੇ ਤਾਂ ਪਹਿਲੀ ਵਾਰੀ ਆਇਆ, ਲੇਕਿਨ ਚੁੱਕੇ ਦੋ ਚਾਰ ਬੰਦਾ ਹਨ ਨਾ, ਦੇਗ 'ਚੋਂ ਇੱਕ ਚਾਵਲ ਖਾ ਲਵੇ ਨਾ ਬੰਦਾ, ਅਤੇ ਪੂਰੀ ਦੇਗ ਨਾਲ ਜ਼ਾਇਕਾ ਪਤਾ ਲੱਗ ਜਾਣਾ। ਅਤੇ ਚੁੱਕੇ ਮੈਂ ਇੱਥੇ ਆਉਣਾ ਜਾਣਾ ਰਹਿਣਾ, ਅਤੇ ਮੈਨੂੰ ਇਹ ਪਤਾ ਹੈ ਬਈ ਇੱਥੇ ਗਾਹਕ ਠੀਕ ਹੈ। ਹਾਂਜੀ ਹਾਂਜੀ। ਅਤੇ ਜਿਨ੍ਹਾਂ ਦੀ ਤਰਬੀਅਤ ਅਮੀਰੁਲ ਮੁਜਾਹਿਦੀਨ ਮੌਲਾਨਾ ਖਾਦਮ ਹੁਸੈਨ ਰਿਜ਼ਵੀ ਸਾਹਿਬ ਦੇ ਬਿਆਨਾਤ ਨੇ ਕੀਤੀ ਹੋਵੇ, ਮਿਹਰਬਾਨੀ ਤੁਹਾਡੀ, ਬੜਾ ਲੋਕ ਹੈ ਤੁਹਾਡੇ 'ਚ, ਮੈਨੂੰ ਇਸ ਚੀਜ਼ ਦਾ ਅਹਿਸਾਸ ਹੈ, ਲੇਕਿਨ ਥੋੜ੍ਹਾ ਜਿਹਾ ਮੈਨੂੰ ਅੱਗੇ ਤੁਰਨ ਦੇਣਾ ਹੈ। ਅੱਜ ਅਸੀਂ ਉਸ ਹਸਤੀ ਦੇ ਜ਼ਿਕਰ ਵਾਸਤੇ ਆਏ ਹਾਂ ਜਿਸ ਨੇ ਆਪਣਾ ਸਭ ਕੁਛ ਖੁਦਾ ਦੀ ਮਰਜ਼ੀ 'ਚ ਫਨਾ ਕਰ ਦਿੱਤਾ ਸੀ। ਕਿਸੇ ਬੰਦੇ ਕੋਲ ਨਾ ਕਿਸੇ ਪੁੱਛਿਆ ਵੀ ਮੂਮਨ ਅਤੇ ਕਾਫਰ ਨਹੀਂ ਪਹਿਚਾਣ ਕਹਿ ਵੇ, ਉਸ ਆਖਿਆ ਮੂਮਿਨ ਉਹ ਹੋਣਾ ਜਿਹੜਾ ਆਪਣੀ ਮਰਜ਼ੀ ਖੁਦਾ ਦੀ ਮਰਜ਼ੀ 'ਚ ਫਨਾ ਕਰਦੇ ਹੈ, ਅਤੇ ਕਾਫਰ ਉਹ ਹੋਣਾ ਜਿਹੜਾ ਆਪਣੀ ਮਰਜ਼ੀ ਨਾਲ ਚੱਲੇ, ਮੂਮਿਨ ਉਹ ਹੈ ਜਿਹੜਾ ਆਪਣੀ ਮਰਜ਼ੀ ਨਾ ਤੱਕੇ ਰੱਬ ਦੀ ਮਰਜ਼ੀ ਤੱਕੇ, ਜ਼ਿੰਦਗੀ ਵਿੱਚ ਵੀ ਰੱਬ ਦੀ ਮਰਜ਼ੀ, ਮੌਤ ਵਿੱਚ ਵੀ ਰੱਬ ਦੀ ਮਰਜ਼ੀ, ਜਾਗਣਿਆਂ ਵੀ ਰੱਬ ਦੀ ਮਰਜ਼ੀ, ਬਹਿਣਿਆਂ ਵੀ ਰੱਬ ਦੀ ਮਰਜ਼ੀ, ਸਿਆਣਿਆਂ ਵੀ ਰੱਬ ਦੀ ਮਰਜ਼ੀ, ਔਰ ਰੋਟੀ ਖਾਣਿਆਂ ਵੀ ਰੱਬ ਦੀ ਮਰਜ਼ੀ, ਬਾਜ਼ਾਰ ਵਿੱਚੋਂ ਸੌਦਾ ਲੈਣਿਆਂ ਵੀ ਰੱਬ ਦੀ ਮਰਜ਼ੀ, ਅਤੇ ਮਸੀਤੀ ਅੱਛੀ ਨਮਾਜ਼ ਪੜ੍ਹਨਿਆਂ ਵੀ ਰੱਬ ਦੀ ਮਰਜ਼ੀ। ਇੰਨਾ ਸਲਾਤੀ ਵਨੁਸੁਕੀ ਵਮਹਯਾਯਾ ਵਮਮਾਤੀ ਲਿਲਾਹਿ ਰੱਬਿਲ ਆਲਮੀਨ। ਮੈਂ ਫਿਕਰਾ ਦੇਣ ਲਗਾ ਜ਼ਰਾ ਤਗੜਾ ਹੋਵੀਂ, ਓਏ ਜੋ ਆਪਣੀ ਮਰਜ਼ੀ ਕੋ ਖੁਦਾ ਕੀ ਮਰਜ਼ੀ ਮੇਂ ਫਨਾ ਕਰ ਦੇਤਾ ਹੈ, ਵੋ ਕਭੀ ਹੁਸੈਨ ਬਨਤਾ ਹੈ ਔਰ ਕਭੀ ਖਾਦਮ ਹੁਸੈਨ ਬਨਤਾ ਹੈ। ਅੱਲਾ ਕਰੀਮ ਤੁਹਾਨੂੰ ਰੰਗ ਲਾਏ ਔਰ ਇਸ ਤਰ੍ਹਾਂ ਨਸੀਬ ਹੋਵਨ ਮੇਰੇ ਵੀਰਾਂ ਨੂੰ, ਮੇਰੇ ਭਾਈਆਂ ਨੂੰ, ਮੇਰੇ ਬੱਚਿਆਂ ਨੂੰ। ਇਮਾਮ ਆਲੀ ਮੁਕਾਮ ਇਮਾਮ ਹੁਸੈਨ ਕੇ ਜ਼ਿਕਰ ਮੇਂ ਵਹੀ ਆ ਸਕਤਾ ਹੈ ਜੋ ਖੁਸ਼ ਨਸੀਬ ਹੋਤਾ ਹੈ। ਹਰਾਮੀ ਬੰਦਾ ਕਦੇ ਜ਼ਿਕਰ ਹੁਸੈਨ ਵਿੱਚ ਆ ਹੀ ਨਹੀਂ ਸਕਦਾ, ਇਹ ਉਹ ਹੀ ਆ ਸਕਦਾ ਜਿਹਦਾ ਖੂਨ ਹਲਾਲ ਹੀ ਹੋਵੇ। ਮੇਰੇ ਵੀਰੋ ਔਰ ਦੋਸਤੋ, ਉਸਮਾਨ ਮੇਰਾ ਵੀਰ ਹੈ, ਕਾਰੀ ਬਸ਼ੀਰ ਸਾਹਿਬ ਮੇਰੇ ਭਰਾ, ਅਤੇ ਜਦੋਂ ਵੀ ਆਇਆ ਅਤੇ ਇਹਨਾਂ ਨੇ ਬੜਾ ਪਿਆਰ ਦਿੱਤਾ ਹੈ, ਬੜਾ ਪਿਆਰ ਦਿੱਤਾ ਯਕੀਨ ਜਾਣੋ, ਅਤੇ ਅੱਲਾ ਤਾਲਾ ਇਹਨਾਂ ਨੂੰ ਆਬਾਦ ਰੱਖੇ। ਮੈਂ ਹਵਾਲਾ ਦੇ ਰਿਹਾ ਹਾਂ, ਇਨਸ਼ਾਅੱਲਾ ਅਜ਼ੀਜ਼ ਮਜ਼ਾ ਆਏਗਾ ਮੇਰੇ ਵੀਰਾਂ ਨੂੰ। ਮੇਰੇ ਕੋਲ ਥੋੜ੍ਹੇ ਥੋੜ੍ਹੇ ਲਫ਼ਜ਼ ਹਨ, ਲੇਕਿਨ ਮਜ਼ਾ ਬੜਾ ਉਹਨਾਂ ਲਫ਼ਜ਼ਾਂ ਵਿੱਚ, ਗੌਰ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ। ਸਰਕਾਰ ਦੋ ਆਲਮ ਸੱਲੱਲਾ ਅਲੈਹਿ ਵਸੱਲਮ ਕੀ ਜ਼ਾਹਿਰੀ ਹਯਾਤ ਹੈ, ਮੀਆਂ ਬੀਵੀ ਨਾ ਭੇੜ ਹੋ ਗਿਆ। ਖਾਵਦ ਆਪਣੀ ਬੀਵੀ ਕੀ ਆਣਾ ਹੈ, ਜਿਹੜਾ ਤੇਰਾ ਪੁੱਤਰ ਹੈ ਨਾ ਇਹ ਮਾੜਾ ਨਹੀਂ। ਉਸ ਆਖਿਆ ਕਿਉਂ ਨਹੀਂ, ਤੁਹਾਡਾ ਵਜ੍ਹਾ ਕਹਿ ਵੈ। ਉਸ ਆਖਿਆ ਵਜ੍ਹਾ ਇਹ ਹੈ ਵੀ ਅਗਰ ਮਾੜਾ ਹੋਵੇ ਹਾਰਨਾ, ਤਾਂ ਇਸਨੇ ਕੋਈ ਸ਼ਕਲੋ ਸੂਰਤ ਮਾੜੇ ਨਾਲ ਰਲਣੀ ਹੋਵੇ ਹਾਰਨਾ, ਇਸਨੇ ਸ਼ਕਲੋ ਸੂਰਤ ਚਿਹਰੇ ਨੇ ਖੱਦੋ ਖਾਲ ਮੇਰੇ ਨਾਲ ਨਹੀਂ ਰਲਣੇ, ਲਿਆਜ਼ਾ ਇਹ ਮੇਰਾ ਨਹੀਂ। ਉਸ ਅੱਗੋਂ ਹੱਥ ਬੰਨ ਕੇ ਆਖਿਆ ਐਵੇਂ ਖਾਨਦਾਨ ਨੇ ਸਾਹਮਣੇ ਗੰਦਾ ਨਾ ਕਰ, ਅਤੇ ਐਵੇਂ ਨੱਕ ਨੱਕ ਪਾ ਮਾੜਾ, ਅਤੇ ਇਹ ਤੇਰਾ ਹੀ ਪੁੱਤਰ ਹੈ, ਅਗਰ ਜ਼ਮਾਨੇ ਜਾਹਲੀਅਤ ਵਿੱਚ ਪੈਦਾ ਹੋਇਆ ਲੇਕਿਨ ਮੇਰਾ ਦਾਮਨ ਪਾ ਕੀ, ਅਤੇ ਮਿਹਰਬਾਨੀ ਕਰ ਅਤੇ ਐਵੇਂ ਖਾਮ ਖਾ ਮੈਨੂੰ ਗੰਦਾ ਨਾ ਕਰ। ਉਸ ਆਖਿਆ ਜਾ ਜਾ ਜੁਲ ਪਰ ਹੈ, ਇਹ ਮੇਰਾ ਹੈ ਹੀ ਨਹੀਂ, ਮੇਰਾ ਹੋਵੇ ਹਾਰ ਤਾਂ ਕੁਝ ਨਾ ਕੁਝ ਸ਼ਕਲੋ ਸੂਰਤ ਮਾੜੇ ਨਾਲ ਇਸ ਨਹੀਂ ਰਲਾ ਹਾਰ। ਬੀਵੀ ਬੜੀ ਸਿਆਣੀ ਸੀ, ਇੱਧਰ ਤੱਕਿਓ ਜ਼ਰਾ, ਖਾਮਦ ਵੀ ਕਾਫਿਰ ਹੈ, ਬੀਵੀ ਵੀ ਕਾਫਿਰ ਹੈ, ਖਾਮਦ ਵੀ ਕਾਫਿਰ ਹੈ, ਬੀਵੀ ਵੀ ਕਾਫਿਰ ਹੈ, ਲੇਕਿਨ ਬੀਵੀ ਨਾ ਜਵਾਬ ਸੁਣੋ ਚੱਸ ਆਏਗੀ। ਆਹਣੀ ਐਵੇਂ ਰੌਲਿਆਂ 'ਚ ਪੈ ਗਏ, ਜਿੱਥੇ ਬਹਿਣੀਆਂ ਇਹ ਹੀ ਗੱਲ ਕਰਨਾ ਹੈ, ਖਾਨਦਾਨ ਨੇ ਸਾਹਮਣੇ ਮਾਸਾ ਮਾੜੀ ਇੱਜ਼ਤ ਨਹੀਂ ਛੋੜੀ, ਤੂੰ ਨਾ ਮੰਨਣਾ ਮੈਂ ਵੀ ਆਹਣੀਆਂ ਵੀ ਤੇਰਾ ਹੀ ਪੁੱਤਰ ਹੈ। ਉਸ ਆਖਿਆ ਮੈਂ ਮੰਨ ਹੀ ਨਾ ਸਕਣਾ। ਉਸ ਆਖਿਆ ਮਦੀਨੇ ਵਾਲੇ ਨਬੀ ਕੋਲ ਫੈਸਲਾ ਨਾ ਕਰਾ ਲਈ। ਉਸ ਆਖਿਆ ਠੀਕ ਹੈ ਕਰਵਾ ਲੈ, ਬਹਰਹਾਲ ਭੈਣਾਂ ਅਤੇ ਭਰਾਵਾਂ ਦੀ ਲੜਾਈ ਵੀ ਕਦੇ ਕਦੇ, ਮਾਵਿਆਂ ਅਤੇ ਪਾਂਜਿਆਂ ਦੀਆਂ ਲੜਾਈਆਂ ਵੀ ਕਦੇ ਕਦੇ, ਅਤੇ ਚਾਚਿਆਂ ਅਤੇ ਪਤਰੀਆਂ ਦੀਆਂ ਲੜਾਈਆਂ ਵੀ ਕਦੇ ਕਦੇ, ਲੇਕਿਨ ਇਹ ਜਿਹੜੇ ਇਹਨਾਂ ਦੋ ਮੀਆਂ ਅਤੇ ਬੀਵੀ, ਇਹਨਾਂ ਹਰ ਪਾਸੇ ਇਹਨਾਂ ਦੀਆਂ ਲੜਾਈਆਂ ਇਹਨਾਂ ਨੇ ਲੜਾਈਆਂ ਨੇ ਰੌਲੇ ਨੇ, ਸੱਸੂ ਨਾਲ ਅਤੇ ਨੂੰਹ ਨਹੀਂ ਲੜਾਈ ਨਾ ਰੌਲਾ, ਅਤੇ ਮੀਆਂ ਅਤੇ ਬੀਵੀ ਨਹੀਂ ਲੜਾਈ ਨਾ ਰੌਲਾ। ਖਾਵਾਂ ਅਗਰ 15,000 ਨਾ ਸੂਟ ਵੀ ਲਿਆ ਸੀ ਨਾ, ਅਤੇ ਜਨਾਨੀ ਤੱਕ ਕੇ ਆਖਸੀ ਹੈ ਬੜਾ ਮਹਿੰਗਾ,
لیکن رنگ سونا نہیں. اس کوئی نہ کوئی ایپ وچوں کڈنا ہی ہونا ہے. اللہ تعالیٰ بس ہدایت.